ਹਾਂਜੀ ਘੱਗਰ ਦੇ ਵਿੱਚ ਜਾਣਗੇ ਜਾਣਗੇ ਟੋਏ ਪੱਟੇ ਆ ਨਾ ਉਹ ਬੈਰੀਗੇਟਾਂ ਨਾਲ ਭਰਨੇ ਅਸੀਂ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਿਆ ਤੁਹਾਨੂੰ ਲੱਗਦਾ ਕਿ ਇੰਨਾ ਮਜ਼ਬੂਤ ਹੈਗਾ ਇਹ ਵਿਚਾਲੇ ਖੋਖਲਾ ਤਾਂ ਨਹੀਂ 2 ਕੁਇੰਟਲ ਦਾ ਇਹ ਹਾਂ 2 ਕੁਇੰਟਲ ਦਾ ਗੋਰੇ ਹੁਣੀ ਕਹਿੰਦੇ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰ ਨੂੰ ਬੈਰੀਗੇਟ ਬਹੁਤ ਤਕੜੇ ਆ ਕਹਿੰਦੇ ਕਿ ਬੈਰੀਗੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ ਹਟਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਬਾਈ ਹੁਣਾਂ ਨੇ ਕੀਤਾ ਤਾਂ ਕਿ ਬਚਾਅ ਕੀਤਾ ਜਾ ਸਕੇ 11 ਵਜੇ ਸਾਨੂੰ ਸਾਡੀਆਂ ਜਥੇ ਬੰਦਿਆਂ ਨੇ ਜਦੋਂ ਕਾਲ ਕਰਤੀ ਅਸੀਂ ਜਦੇ ਵੱਟਣ ਸ਼ੁਰੂ ਕਰ ਦੇਣੇ ਜੀ ਕਹਿੰਦੇ ਕਿ ਅਸੀਂ ਬੈਰੀਗੇਟ ਭੰਨਣੇ ਸ਼ੁਰੂ ਕਰ ਦੇਣੇ ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਜ਼ਬਰਦਸਤ ਬੈਰੀਗੇਟਿੰਗ ਕੀਤੀ ਹੋਈ ਆ ਪਰ ਕਿਸਾਨਾਂ ਨੇ ਵੀ ਇਸ ਪਾਸੇ ਇੰਤਜ਼ਾਮ ਕੀਤਾ ਬੈਰੀਗੇਟਿੰਗ ਹਟਾਉਣ ਦਾ ਤਾਂ ਇਹ ਪਹਿਲੇ ਟਰੈਕਟਰ ਆ 4x4 ਟਰੈਕਟਰ ਆ 4x4 ਟਰੈਕਟਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਪਿੱਛੇ ਇੱਕ ਬਹੁਤ ਵੱਡਾ ਪਲਾਓ ਟਾਈਪ ਲਗਾਇਆ ਗਿਆ ਤਾਂ ਸ਼ੰਭੂ ਬਾਰਡਰ ਦੀ ਤਸਵੀਰ ਅਸੀਂ ਦਿਖਾਉਂਦੇ ਬੈਰੀਗੇਟ ਹਟਾਉਣ ਵਾਸਤੇ ਇਹ ਪਲਾਓ ਦਾ ਇੰਤਜ਼ਾਮ ਕੀਤਾ ਗਿਆ ਤਾਂ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਤਸਵੀਰ ਦਿਖਾ ਰਹੇ ਹਾਂ 4x4 ਟਰੈਕਟਰ ਇਸ ਪਾਸੇ ਲਿਆਂਦੇ ਗਏ ਆ ਇਹਨਾਂ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਆ ਪਿਛਲੇ ਬੰਨੇ ਇੱਕ ਵੱਡਾ ਸਾਰਾ ਪਲਾਓ ਫਿੱਟ ਕੀਤਾ ਗਿਆ ਜਿਹਦੇ ਨਾਲ ਬੈਰੀਗੇਟਿੰਗ ਹਟਾਉਣ ਦਾ ਇੰਤਜ਼ਾਮ ਹੈ ਇਹ ਕਹਿੰਦੇ ਕਿ ਬੈਰੀਗੇਟਿੰਗ ਜਿਹੜੀ ਆ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਆ ਤਾਂ ਉਹ ਇਹਦੇ ਨਾਲ ਹਟਾਈ ਜਾਏਗੀ ਪਿੱਛੇ ਪੂਰਾ ਇੰਤਜ਼ਾਮ ਬਾਈ ਹੁਣਾਂ ਨੇ ਕੀਤਾ ਤਾਂ ਕਿ ਬਚਾਅ ਕੀਤਾ ਜਾ ਸਕੇ ਜੇ ਕੋਈ ਗੋਲੇ ਜਾਂ ਗੋਲੀਆਂ ਚਲਾਈਆਂ ਜਾਂਦੀਆਂ ਤਾਂ ਉਹਨਾਂ ਤੋਂ ਬਚਾਅ ਇਹਦੇ ਨਾਲ ਕੀਤਾ ਜਾ ਸਕੇ ਪਰ 4x4 ਟਰੈਕਟਰ ਔਰ ਉੱਥੇ ਹੀ ਜਿਹੜਾ ਹੰਝੂ ਗੈਸ ਦੇ ਗੋਲਿਆਂ ਤੋਂ ਬਚਾਅ ਹੋਵੇ ਉਹਦੇ ਵਾਸਤੇ ਜੈਕਟਾਂ ਵੀ ਪਾਈਆਂ ਹੋਈਆਂ ਮੁੰਡਿਆਂ ਨੇ ਅਤੇ ਨਾਲ ਹੀ N95 ਮਾਸਕ ਵੀ ਪਾਏ ਹੋਏ ਆ ਤਾਂ ਇਹ ਤਸਵੀਰ ਆ ਇਸ ਪਾਸੇ ਦੀ ਸ਼ੰਭੂ ਬਾਰਡਰ 'ਤੇ ਜਿੱਥੋਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਬੈਰੀਗੇਟ ਹਟਾਉਣ ਵਾਸਤੇ ਇਹ ਇੰਤਜ਼ਾਮ ਆ ਜੈਕਾਰੇ ਲੱਗ ਰਹੇ ਆ ਬੋਲੇ ਸੋ ਰਹੇ ਹਾਲ ਸਤਿ ਸ਼੍ਰੀ ਅਕਾਲ ਦੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੱਕ ਪਾਸੇ ਵੱਡੇ ਇੰਤਜ਼ਾਮ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਆ ਤਾਂ ਉੱਥੇ ਹੀ ਇਹ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਆ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਮੌਕੇ ਦੇ ਉੱਪਰ ਹੈ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਬਾਈ ਕਿਵੇਂ ਦੇਖਦੇ ਹੋ ਪੂਰੀ ਤਿਆਰੀ ਹੈ ਫੁੱਲ ਤਿਆਰੀ ਆ ਜੀ ਫੁੱਲ ਤਿਆਰੀ ਪੂਰੀ ਪੂਰੀ ਤਿਆਰੀ ਆ ਇੱਧਰਲੇ ਬੰਨੇ ਸਾਡੀ ਵੀ ਤਾਂ ਪਿਛਲੇ ਬੰਨੇ ਜ਼ਬਰਦਸਤ ਤਰੀਕੇ ਦੇ ਨਾਲ ਬੈਰੀਗੇਟਿੰਗ ਕੀਤੀ ਹੋਈ ਆ ਪਰ ਬਚਾਅ ਕਰਨ ਵਾਸਤੇ ਤੁਹਾਨੂੰ ਲੱਗਦਾ ਕਿ ਬੈਰੀਗੇਟ ਹਿੱਲ ਜਾਣੇ ਇਹਦੇ ਨਾਲ ਬਾਬਾ ਜੀ ਇਹਦਾ ਗਏ ਸਮਝੋ ਇਹਦਾ 10 ਮਿੰਟ ਲਾਉਣੇ ਆ ਅਸੀਂ ਨੇ ਇਹਦਾ 10 ਮਿੰਟ ਦਾ ਕੰਮ ਹੈ ਜੀ ਅੱਗੇ ਵੀ ਪੱਟੇ ਤੇ ਪਹਿਲਾਂ ਵੀ ਲਾਏ ਦੇ ਇਹਨਾਂ ਨੇ ਪਹਿਲਾਂ ਨੀ ਪੱਟੇ ਇਹਦਾ ਨਹਿਰ ਚ ਜਾਣੇ ਆ ਸਾਰੇ ਦੇਖਦੇ ਜਾਇਓ ਹਾਂਜੀ ਘੱਗਰ ਦੇ ਵਿੱਚ ਜਾਣਗੇ ਜਾਣਗੇ ਟੋਏ ਪੱਟੇ ਆ ਨਾ ਉਹ ਬੈਰੀਗੇਟਾਂ ਨਾਲ ਭਰਨੇ ਅਸੀਂ ਤਾਂ ਹੁਣ ਜਾਣ ਦੀ ਤਿਆਰੀ ਅੱਗੇ ਜਾ ਰਹੇ ਹੋ ਰੁਕਣਾ 11 ਵਜੇ ਸਾਨੂੰ ਸਾਡੀਆਂ ਜਥੇ ਬੰਦਿਆਂ ਨੇ ਜਦੋਂ ਕਾਲ ਕਰਤੀ ਅਸੀਂ ਜਦੇ ਪੱਟਣ ਸ਼ੁਰੂ ਕਰ ਦੇਣੇ ਜੀ ਜੀ ਕਹਿੰਦੇ ਕਿ ਅਸੀਂ ਬੈਰੀਕੇਟ ਭੰਨਣੇ ਸ਼ੁਰੂ ਕਰ ਦੇਣੇ ਆ ਔਰ ਗੋਰੇ ਤਿਆਰੀ ਆ ਪੂਰੀ ਪੂਰੀ ਤਿਆਰੀ ਹੈ 95 ਮਾਸਕ ਲਾਇਆ ਹੋਇਆ ਗੋਰੇ ਨੇ ਹੁਣੀ ਵੀ ਆ ਔਰ ਗੋਰੇ ਹੁਣੀ ਵੀ ਪੰਜਾਬ ਤੇ ਹਰਿਆਣੇ ਵਾਲਿਆਂ ਦਾ ਏਕਾ ਇੱਥੇ ਦੇਖਣ ਨੂੰ ਮਿਲ ਰਿਹਾ ਕੱਲ ਲੇਜ਼ਰ ਕਟਿੰਗ ਕਰਕੇ ਕੱਲ ਇੱਕ ਦਿਨ ਚ ਬਣਾਇਆ ਇਹ ਜਗਾੜ ਹਾਂ ਇਹ ਕਾਰਡ ਕੀ ਦੀ ਆ ਇਹ ਤੇਰੇ ਭਰਾ ਦੀ ਆ ਇਹ ਕਾਰਡ ਕੱਢੀ ਆ ਕਹਿੰਦੇ ਅਸੀਂ ਕੱਲ ਇੱਕ ਦਿਨ ਚ ਸਾਰਾ ਕੁਝ ਤਿਆਰ ਕਰਿਆ ਤੁਹਾਨੂੰ ਲੱਗਦਾ ਕਿ ਇੰਨਾ ਮਜ਼ਬੂਤ ਹੈਗਾ ਇਹ ਵਿਚਾਲੇ ਖੋਖਲਾ ਤਾਂ ਨਹੀਂ 2 ਕੁਇੰਟਲ ਦਾ ਇਹ ਹਾਂ 2 ਕੁਇੰਟਲ ਦਾ ਗੋਰੇ ਹੁਣੀ ਕਹਿੰਦੇ ਕੱਲ ਚ ਤਿਆਰ ਕਰਾਇਆ ਕਿਉਂਕਿ ਉਧਰ ਨੂੰ ਬੈਰੀਗੇਟ ਬਹੁਤ ਤਕੜੇ ਆ ਨਹੀਂ ਇਹ ਟੁੱਟਣ ਵਾਲਾ ਨਹੀਂ ਹੈਗਾ ਜਿਹੜੀਆਂ ਹੁੱਕਾਂ ਵੀ ਹੈਗੀਆਂ ਆ ਇਹ ਪ੍ਰੋਪਰ ਉਹਦੀਆਂ ਸ਼ੀਟਸ ਦੀਆਂ ਵਾ ਉਹਦੇ ਵਿੱਚੋਂ ਇਹਦੇ ਚ ਕੋਈ ਜੋੜ ਨਹੀਂ ਜੁਆਇਨ ਨਹੀਂ ਹੈਗਾ ਇਹ ਇੱਕ ਵੱਡੀ ਸ਼ੀਟ ਲੈ ਕੇ ਉਹਦੇ ਚੋਂ ਕਢਵਾਈਆਂ ਗਈਆਂ ਵਾ ਇਹ ਇੰਤਜ਼ਾਮ ਆ ਕਹਿੰਦੇ ਕਿ ਹਰ ਚੀਜ਼ ਦਾ ਇੰਤਜ਼ਾਮ ਹੋ ਜਾਂਦਾ
ਕਾਢ ਜਿਹੜੀ ਹੈ ਉਹ ਹਰੇਕ ਚੀਜ਼ ਦੀ ਨਿਕਲ ਆਉਂਦੀ ਹੁੰਦੀ ਹੈ, ਤਾਂ ਇਹ ਕਾਢ ਕੱਢੀ ਹੈ ਕਿਸਾਨਾਂ ਨੇ। ਤਾਂ ਜਿਵੇਂ ਕਹਿੰਦੇ ਹੁਕਮ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾ ਦੇਣੇ। ਕਿਸਾਨ ਏਕਤਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਆ, ਪਿੱਛੇ ਜਕਾਰੇ ਛੱਡੇ ਜਾ ਰਹੇ ਆ, ਉਧਰੋਂ ਜਦੋਂ ਗੋਲੇ ਦਾਗੇ ਜਾਣਗੇ ਤਾਂ ਇੱਧਰੋਂ ਪਾਣੀ ਦਾ ਇੰਤਜ਼ਾਮ ਵੀ ਬਾਈ ਹੁਣਾਂ ਵੱਲੋਂ ਕੀਤਾ ਗਿਆ, ਕਿਉਂਕਿ ਜਦੋਂ ਉਧਰੋਂ ਗੋਲੇ ਦਾਗੇ ਜਾਣਗੇ ਤਾਂ ਇੱਧਰੋਂ ਕਹਿੰਦੇ ਅਸੀਂ ਪਾਣੀ ਪਾ ਕੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਡੈਡੀਕੇਸ਼ਨ ਹੈ, ਮੁੰਡੇ ਆਪ ਮੁਹਾਰੇ ਜਿਹੜੇ ਆ ਆਏ ਹੋਏ ਆ, ਤਾਂ ਇਹ ਡੈਡੀਕੇਸ਼ਨ ਹੈ ਇਹਨਾਂ ਦੀ, ਕਿਉਂਕਿ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਟੀਮ ਹੈ, ਕੰਨਾਂ ਦੇ ਵਿੱਚ ਏਅਰਬਡਸ ਲਾਏ ਹੋਏ ਆ। ਤੁਹਾਨੂੰ ਇਹ ਕਾਹਦੇ ਵਾਸਤੇ ਲਾਏ ਹੋਏ, ਬਚਾ ਕਰੋ ਤੁਹਾਨੂੰ ਬਚਾਅ ਵਾਸਤੇ ਬਾਈ? ਹਾਂਜੀ ਹਾਂਜੀ। ਨੋਇਸ ਜ਼ਿਆਦਾ ਕਰਨ ਵਾਸਤੇ ਕੋਈ ਡੀਬੀ ਵਧਾ ਕੇ ਕੋਈ ਉਧਰੋਂ ਜੰਤਰ ਛੱਡਿਆ ਜਾਂਦਾ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾਵੇ, ਤਾਂ ਉਹਦੇ ਨਾਲ ਇਹਨਾਂ ਦੇ ਨਾਲ ਇਸ ਚੀਜ਼ ਦਾ ਬਚਾਅ ਹੋ ਜਾਣਾ, ਤਾਂ ਇਹ ਪਾਣੀ ਪਾਇਆ ਜਾਣਾ। ਅਗਲੇ ਬੰਨੇ ਇੰਤਜ਼ਾਮ ਹੈ, ਸ਼ੰਭੂ ਬਾਰਡਰ ਦੀ ਤਸਵੀਰ ਆ, ਹਾਲਾਂਕਿ ਕਹਿੰਦੇ ਪੋਕਲੇਨ ਮਸ਼ੀਨ ਅਸੀਂ ਨਹੀਂ ਵਰਤਣੀ, ਪੋਕਲੇਨ ਮਸ਼ੀਨ ਦਾ ਇੰਤਜ਼ਾਮ ਕੀਤਾ ਤਾਂ ਹੋਇਆ ਪਰ ਕਹਿੰਦੇ ਅਸੀਂ ਉਸਦੀ ਵਰਤੋਂ ਨਹੀਂ ਕਰਾਂਗੇ, ਉਸਨੂੰ ਅਸੀਂ ਯੂਜ਼ ਨਹੀਂ ਕਰਨਾ। ਤਾਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਵੰਡਤੀਆਂ ਮੁੰਡਿਆਂ ਨੇ, ਜਿਹੜੇ ਜਿਹੜੇ ਮੁੰਡਿਆਂ ਦੀਆਂ ਜਿਹੜੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਉਹ ਨਿਭਾ ਰਹੇ ਪੂਰੀਆਂ। ਹਾਂਜੀ 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 ਪੂਰੀਆਂ ਜੀ ਪੂਰੀਆਂ, ਜੋ ਆਗੂ ਕਹਿਣਗੇ ਉਹੀ ਕਰਾਂਗੇ ਜੀ, ਕੋਈ ਚੱਕਰ ਨਹੀਂ। ਡਿਸੀਜਨ ਹੋਇਆ ਜਾਣ ਦਾ ਉਦੋਂ ਤੁਰਨਾ? ਹਾਂਜੀ ਹਾਂਜੀ ਉਦੋਂ ਤੁਰਾਂਗੇ, ਕੋਈ ਚੱਕਰ ਇਹਦਾ। ਵੈਸੇ ਆਪਣੀ ਸੈਟਿੰਗ ਕਰਦੇ ਕਿੰਨਾ ਕੁ ਪੈਪ ਸਾਨੂੰ ਚਾਹੀਦਾ, ਕਿੱਥੇ ਤੱਕ ਗੋਲਾ ਆਉਣਾ ਇਹਨਾਂ ਦਾ, ਕਿਉਂ ਫਿਰ ਅਸੀਂ ਪਾਣੀ ਵੀ ਸਿੱਟਣਾ ਸੀ, ਆਪਣਾ ਵੀ ਇੰਤਜ਼ਾਮ ਪੂਰਾ ਕਰਕੇ ਰੱਖਣਾ ਨਾ, ਜਿਹੜਾ ਉਹਨਾਂ ਨੇ ਆਸੂ ਗੈਸ ਸਿੱਟਣਾ ਜਾਂ ਕੁਛ ਵੀ ਆ, ਇਹਦਾ ਫਿਰ ਆਪਣੀ ਪੂਰੀ ਸੈਟਿੰਗ ਕਰਨੀ ਪੈਣੀ, ਮੌਕੇ ਦੀ ਥੋੜ੍ਹੀ ਕਰਨੀ ਹੈ ਨਾ। ਇਹ ਇੰਤਜ਼ਾਮ ਜਿਹੜੇ ਆ ਸਾਨੂੰ ਵੀ ਕਰਨੇ ਪਏ ਆ, ਤਾਂ ਮਾਸਕ ਜਿਹੜੇ ਆ ਉਹ ਲਾਏ ਹੋਏ ਆ, ਤਾਂ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਇਸ ਪਾਸੇ। ਔਰ ਇੱਧਰਲੇ ਬੰਨੇ ਵੱਡੀ ਤਿਆਰੀ ਹੈ ਕਿਸਾਨਾਂ ਦੀ ਵੀ, ਵੱਡੀ ਤਿਆਰੀ ਆ, ਕਹਿੰਦੇ ਕਿ ਅਸੀਂ ਵੀ ਪੂਰੀ ਤਿਆਰੀ ਦੇ ਨਾਲ ਜਾ ਰਹੇ। ਤਾਂ ਅਗਲੇ ਬੰਨੇ ਸ਼ੰਭੂ ਬਾਰਡਰ ਆ, ਦਵਿੰਦਰ ਇੱਧਰਲੇ ਬੰਨੇ, ਸ਼ੰਭੂ ਬਾਰਡਰ ਆ, ਇੱਧਰਲੇ ਬੰਨੇ ਹੋਈ ਲਗਾਤਾਰ ਗੋਲੇ ਦਾਗੇ ਜਾ ਰਹੇ ਸੀ, ਤਾਂ ਪਹਿਲੇ ਬੈਰੀਕੇਡ ਜਿਹੜੇ ਆ ਉਹ ਇੱਥੋਂ ਹੀ ਘੜੀਸ ਘੜੀਸ ਕੇ ਨੌਜਵਾਨਾਂ ਦੇ ਵੱਲੋਂ ਲਿਜਾਏ ਗਏ ਸੀ। ਤਾਂ ਅਗਲੇ ਬੰਨੇ ਸ਼ੰਭੂ ਬਾਰਡਰ ਆ, ਸਿੱਧੀਆਂ ਗੋਲੇ ਲਗਾਤਾਰ ਦਾਗੇ ਜਾ ਰਹੇ ਸੀ ਉਸ ਪਾਸਿਓਂ, ਤਾਂ ਇੱਥੋਂ ਤੱਕ ਮੁੰਡਿਆਂ ਨੇ ਇੰਤਜ਼ਾਮ ਕਰ ਦਿੱਤਾ ਇੱਧਰਲੇ ਬੰਨੇ, ਤਾਂ ਕਿ ਅਗਲੇ ਬੰਨੇ ਇੱਥੋਂ ਤੱਕ ਬੈਰੀਕੇਟਿੰਗ ਸੀ ਅਗਲੇ ਬੰਨੇ ਤੱਕ। ਤਾਂ ਇੱਥੇ ਜਦੋਂ ਹੀ ਕਹਿੰਦੇ ਹੁਕਮ ਹੋਇਆ, ਆਰਡਰ ਹੋਇਆ, ਪਾਣੀ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ, ਮਤਲਬ ਪਾਣੀ ਕਿਉਂ? ਪਾਣੀ ਨਾਲ ਜਿਹੜੇ ਟੀਅਰ ਗੈਸ ਆ ਉਹ ਕੰਟਰੋਲ 'ਚ ਆ ਜਾਂਦੇ ਆ, ਸਾਨੂੰ ਇਹਦਾ ਪਤਾ ਲੱਗਿਆ 3-4 ਦਿਨ ਇਹਦੇ ਨਾਲ ਲੜ ਕੇ। ਹਾਂਜੀ, ਤਾਂ ਪਾਣੀ ਦੇ ਨਾਲ ਕਹਿੰਦੇ ਜਿਹੜੇ ਹੰਝੂ ਗੈਸ ਦੇ ਗੋਲੇ ਦਾਗੇ ਜਾਂਦੇ ਆ ਉਹ ਕੰਟਰੋਲ 'ਚ ਹੋ ਜਾਂਦੇ ਆ। ਤਾਂ ਅਗਲੇ ਬੰਨੇ ਇਹ ਤਿਆਰੀ ਆ ਪ੍ਰਸ਼ਾਸਨ ਦੇ ਵੱਲੋਂ, ਜ਼ਬਰਦਸਤ ਤਿਆਰੀ ਹੈ, ਤਾਂ ਪੂਰੇ ਪ੍ਰਸ਼ਾਸਨ ਪੂਰੇ ਦਾ ਪੂਰਾ ਖੜਾ, ਪੁਲਿਸ ਪੂਰੀ ਦੀ ਪੂਰੀ ਇੱਧਰਲੇ ਬੰਨੇ ਖੜੀ ਆ। ਤਾਂ ਇਹ ਤਸਵੀਰ ਆ, ਉਹਨਾਂ ਵੱਲੋਂ ਵੀ ਬਹੁਤ ਜ਼ਬਰਦਸਤ ਤਿਆਰੀ ਆ, ਹਾਲਾਂਕਿ ਇੱਕ ਮਸ਼ੀਨ ਜਿਹੜੀ ਆ ਇੱਕ ਪੋਕਲੇਨ ਮਸ਼ੀਨ ਸ਼ਾਇਦ ਪਰਲੇ ਬੰਨੇ ਵੀ ਖੜੀ ਨਜ਼ਰ ਆ ਰਹੀ ਹੈ, ਕਿਉਂਕਿ ਕਾਫੀ ਹਾਈਟ ਦੇ ਉੱਪਰ ਇੱਧਰੋਂ ਹਾਲਾਂਕਿ ਧੁੰਦਾ। ਔਰ ਅੱਗੇ ਜਾਣ ਤੋਂ ਸਾਨੂੰ ਇੱਥੋਂ ਕਹਿੰਦੇ ਕਿ ਆਹ ਲਾਈਨ ਆਪਾਂ ਕ੍ਰੋਸ ਨਹੀਂ ਕਰਨੀ, ਤਾਂ ਅਸੀਂ ਇਹ ਲਾਈਨ ਇਹਨਾਂ ਦੇ ਕਹੇ ਮੁਤਾਬਕ ਅਸੀਂ ਕ੍ਰੋਸ ਨਹੀਂ ਕਰ ਰਹੇ। ਤਾਂ ਅਗਲੇ ਬੰਨੇ ਬਹੁਤ ਜ਼ਬਰਦਸਤ ਤਿਆਰੀ ਹੈ, ਪਹਿਲਾਂ ਨਾਲੋਂ ਵੀ ਬਹੁਤ ਤਕੜੀ ਤਿਆਰੀ ਕਰ ਲਈ ਹੈ, ਕਿਉਂਕਿ ਨਿਰਦੇਸ਼ ਇਹ ਦਿੱਤੇ ਕਿ ਕਿਸਾਨਾਂ ਨੂੰ ਇੱਥੋਂ ਟੱਪਣ ਨਹੀਂ ਦਿੱਤਾ ਜਾਣਾ। ਤਾਂ ਦਵਿੰਦਰ ਜ਼ੂਮ ਕਰਕੇ ਇੱਕ ਵਾਰ ਤਸਵੀਰ ਦਿਖਾਓ, ਜੇ ਪਹਿਲਾ ਬੈਰੀਕੇਡ ਨਜ਼ਰ ਆ ਜਾਵੇ ਤਾਂ ਜਿਹੜਾ ਬੈਰੀਕੇਡ ਦਾ ਇੱਕ ਪਾਸਾ ਪਿਆ, ਇਹ ਜਿਹੜਾ ਇੱਕ ਪਾਸਾ ਜਿਹੜਾ ਬੈਰੀਕੇਡ ਦਾ ਇਹ ਲੱਗਿਆ ਰਹਿ ਗਿਆ, ਇੱਥੋਂ ਤੱਕ ਬੈਰੀਕੇਟਿੰਗ ਸੀ। ਔਰ ਇਹ ਬੈਰੀਕੇਟ ਮੁੰਡਿਆਂ ਨੇ ਪੱਟੇ, ਫਿਰ ਇਸ ਤੋਂ ਬਾਅਦ ਹੁਣ ਪਰਲੇ ਬੰਨੇ ਜਿਹੜੀ ਉਹ ਬੈਰੀਕੇਟਿੰਗ ਥੋੜ੍ਹਾ ਜਿਹਾ ਸ਼ਾਇਦ ਤੁਹਾਨੂੰ ਲਾਈਟ ਜਗਦੀ ਨਜ਼ਰ ਆ ਜਾਵੇ ਇਸ ਪਾਸੇ। ਇੱਥੇ ਵੱਡੀ ਗਿਣਤੀ ਦੇ ਵਿੱਚ ਜਵਾਨ ਖੜੇ ਆ, ਇੱਧਰਲੇ ਬੰਨੇ ਦੀ ਤਸਵੀਰ ਅਸੀਂ ਲਗਾਤਾਰ ਤੁਹਾਨੂੰ ਦਿਖਾਉਂਦੇ ਹੀ ਰਹੇ ਹਾਂ। ਤਾਂ ਇੱਥੇ ਉਹ ਪੁਆਇੰਟ ਅੱਜ ਧੁੰਦ ਪੈਣ ਕਰਕੇ ਥੋੜ੍ਹਾ ਜਿਹਾ ਨਜ਼ਰ ਨਹੀਂ ਆ ਰਿਹਾ, ਹਾਲਾਂਕਿ ਹੌਲੀ ਹੌਲੀ ਕਰਕੇ ਦਿਨ ਚੜ੍ਹ ਰਿਹਾ ਤਾਂ ਨਜ਼ਰ ਆਉਣ ਲੱਗ ਜਾਣਗੇ। ਤਾਂ ਇਹ ਤਸਵੀਰ ਆ ਸ਼ੰਭੂ ਬਾਰਡਰ ਦੀ, ਜਿੱਥੋਂ ਦੀ ਅਸੀਂ ਤੁਹਾਨੂੰ ਦਿਖਾ ਰਹੇ ਕਿ ਕਿਸਾਨ ਕਹਿੰਦੇ ਕਿ ਆਹ ਰਾਹ ਟੱਪ ਕੇ ਅਸੀਂ ਦਿੱਲੀ ਕੂਚ ਕਰਨਾ, ਅਸੀਂ ਜਾਣਾ ਚਾਹੁੰਦੇ ਹਾਂ, ਸਾਡਾ ਪ੍ਰੋਟੈਸਟ ਕਰਨਾ ਅਧਿਕਾਰ ਆ, ਲੋਕਤੰਤਰ ਦੇ ਵਿੱਚ ਹੱਕ ਦਿੱਤਾ ਹੋਇਆ। ਤਾਂ ਇੱਥੇ ਗੱਟੇ ਲਿਆ ਕੇ ਰੱਖੇ ਹੋਏ ਆ,
ਪਰ ਇਹਦਾ ਇਸਤੇਮਾਲ ਕੀ ਕਰਨਾ ਕੀ ਨਹੀਂ ਕਰਨਾ ਇਹ ਕਹਿੰਦੇ ਅਸੀਂ ਮੌਕੇ ਦੇ ਉੱਪਰ ਡਿਸਾਈਡ ਕਰਾਂਗੇ, ਪਰ ਸਾਡੇ ਵੱਲੋਂ ਪੂਰੀ ਤਿਆਰੀ ਹੈ, ਪਾਣੀ ਦੀਆਂ ਬੋਤਲਾਂ ਭਰ ਕੇ ਰੱਖ ਲਈਆਂ ਗਈਆਂ, ਕਿਉਂਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਪਹਿਲੇ ਦਿਨ ਦਿੱਕਤ ਆਈ ਉਹ ਚੀਜ਼ਾਂ ਦੇ ਹੱਲ ਕਿਸਾਨਾਂ ਨੇ, ਉਹਨਾਂ ਦਾ ਤੋੜ ਕਿਸਾਨਾਂ ਦੇ ਵੱਲੋਂ ਕੱਢ ਲਿਆ ਗਿਆ, ਤਾਂ ਇਹ ਇੰਤਜ਼ਾਮ ਇਹ ਸਿਸਟਮ ਇਹ ਜੁਗਾੜ ਕਿਸਾਨਾਂ ਦੇ ਵੱਲੋਂ ਆਪਦਾ ਬਚਾਅ ਵਾਸਤੇ ਕੀਤਾ ਗਿਆ। ਕਹਿੰਦੇ ਕਿ ਅਸੀਂ ਤਾਂ ਜਾਣਾ ਚਾਹੁੰਦੇ ਹਾਂ, ਸਰਕਾਰ ਸਾਨੂੰ ਆਸਾਨੀ ਦੇ ਨਾਲ ਸ਼ੰਭੂ ਬਾਰਡਰ ਕ੍ਰੋਸ ਕਰ ਲੈਣ ਦੇਵੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸ਼ੰਭੂ ਬਾਰਡਰ।